ਹਾਂਜੀ ਸਤਿ ਸ਼੍ਰੀ ਅਕਾਲ ਅਤੇ ਨਾਲੇ ਜਿਹੜੀ ਤੁਹਾਡੀ ਹੁਣ ਡਿਊਟੀ ਬਣਦੀ ਹੈ ਚੈਨਲ ਨੂੰ ਸਬਸਕ੍ਰਾਈਬ ਕਰ ਦਿਉ ਇੱਦਾਂ ਉਂਗਲ ਮਾਰ ਕੇ ਨਾਲ ਹੀ ਬੈੱਲ ਆਈਕੋਨ ਬਣਿਆ ਹੋਇਆ ਘੰਟੀ ਜਿਹੀ ਉਹਦੇ 'ਤੇ ਵੀ ਮਾਰ ਦਿਉ ਕਿਉਂਕਿ ਜਦੋਂ ਕੋਈ ਨਵੀਂ ਚੀਜ਼ ਅਸੀਂ ਹੋਰ ਪਾਈ ਤਾਂ ਤੁਹਾਨੂੰ ਨਾਲ ਦੀ ਨਾਲ ਨੋਟੀਫਿਕੇਸ਼ਨ ਆ ਜੂਗੀ ਸੋ ਕਰ ਲਓ ਸਬਸਕ੍ਰਾਈਬ ਪੰਜਾਬ ਵਿੱਚ ਅਗਵਾ ਅਤੇ ਚੋਰੀ ਦੀਆਂ ਖਬਰਾਂ ਲਗਾਤਾਰ ਸਾਹਮਣੇ ਆ ਰਹੀਆਂ ਨੇ ਜਿਨ੍ਹਾਂ ਨੂੰ ਲੈ ਕੇ ਮਾਪੇ ਚੌਕੰਨੇ ਹੋ ਗਏ ਨੇ ਅਤੇ ਆਪਣੇ ਬੱਚਿਆਂ ਨੂੰ ਅੱਖੋਂ ਓਹਲੇ ਨਹੀਂ ਕਰ ਰਹੇ ਪਰ ਅੰਮ੍ਰਿਤਸਰ ਬਿਲਕੁਲ ਇਸਦੇ ਉਲਟ ਹੋ ਰਿਹਾ ਹੈ ਇੱਕ ਅਜਿਹਾ ਮਾਮਲਾ ਸਾਹਮਣੇ ਆਇਆ ਜਿੱਥੇ ਮਾਪਿਆਂ ਦੀ ਲਾਪਰਵਾਹੀ ਦੇ ਚੱਲਦੇ ਦੋਵੇਂ ਬੱਚੇ ਪੁਲਿਸ ਥਾਣੇ ਪਹੁੰਚ ਗਏ ਜਿੱਥੇ ਸ਼ਰਾਰਤੀ ਬੱਚਿਆਂ ਨੇ ਪੁਲਿਸ ਨੂੰ ਚੱਕਰਾਂ 'ਚ ਪਾਈ ਰੱਖਿਆ ਦਰਅਸਲ ਹੋਇਆ ਇੰਝ ਕਿ ਬੱਚਿਆਂ ਦੀ ਮਾਂ ਇਹਨਾਂ ਨੂੰ ਨਾਨੀ ਕੋਲ ਛੱਡ ਕੇ ਆਪ ਕੰਮ ਤੇ ਚਲੀ ਗਈ ਤਬੀਅਤ ਠੀਕ ਨਾ ਹੋਣ ਕਰਕੇ ਨਾਨੀ ਦਵਾਈ ਖਾ ਕੇ ਲੇਟ ਗਈ ਸੀ ਅਤੇ ਬੱਚੇ ਘਰੋਂ ਨਿਕਲ ਤੁਰੇ ਜਿਨ੍ਹਾਂ ਨੂੰ ਕੁਝ ਲੋਕਾਂ ਨੇ ਥਾਣੇ ਪਹੁੰਚਾ ਦਿੱਤਾ ਇਹ ਸਵੇਰ ਦੇ ਕੇ ਨਾਲੇ ਦਾ ਬੱਚੇ ਘਰੋਂ ਆ ਗਏ ਆਪੇ ਆ ਗਏ ਮੈਨੂੰ ਨੀ ਪਤਾ ਕਿਹੜੇ ਵੇਲੇ ਆਏ ਆ ਤੇ ਮੈਂ ਠੀਕ ਨਹੀਂ ਮੈਂ ਦਵਾਈ ਖਾ ਕੇ ਸੁੱਤੀ ਹਾਂ ਤੇ ਬੂਹਾ ਖੁੱਲ ਕੇ ਆਪੇ ਆ ਗਏ 12 ਵਜੇ ਨਿਕਲੇ ਇਹ ਘਰੋਂ ਹਾਂਜੀ ਮੈਂ 12 ਵਜੇ ਦੀ ਲੱਭਣ ਨਹੀਂ ਆ ਮੈਨੂੰ ਬਾਹਰ ਉੱਥੋਂ ਕਿਸੇ ਨੇ ਦੱਸਿਆ ਦੁੱਧ ਵਾਲੇ ਡੇਅਰੀ ਵਾਲੇ ਨੂੰ ਪੁੱਛਿਆ ਤੇ ਉਹਨੇ ਕਿਹਾ ਡਿਊਟੀ ਡੀਲਰ ਵਾਲਾ ਉਹ ਛੱਡ ਕੇ ਗਿਆ ਵਾ ਬੱਚੇ ਸਦਰ ਥਾਣੇ ਹਾਂਜੀ ਇਹਨਾਂ ਨੂੰ ਲੈਣ ਆਈ ਆ ਮੈਂ ਤੇ ਬੱਚੇ ਦੇ ਦੇਣ ਮੈਨੂੰ ਹੋਰ ਮੰਮਾ ਇਹਦੀ ਨੇ ਲੇਟ ਆਣਾ ਆ ਹੁਣ ਵਾਪਸੀ ਕਰਦੀ ਪਈ ਆ 4 ਵਜੇ ਦੀ ਟ੍ਰੇਨ ਆ ਉਹ 4 ਵਜੇ ਆਵੇਗੀ ਕੱਲ ਆਪਣੇ 88 ਫੁੱਟ ਰੋਡ ਤੇ ਜਸਵੰਤ ਸਿੰਘ ਤੇ ਨਰਿੰਦਰ ਸਿੰਘ ਸੀ ਉਹ ਪ੍ਰਾਪਰਟੀ ਡੀਲਰ ਦਾ ਕੰਮ ਕਰਦੇ ਇਹਨਾਂ ਨੂੰ 2 ਬੱਚੇ ਲਵਾਰਸ ਜਿਹੜੇ ਮਿਲੇ ਸੀਗੇ ਜੀ ਤੇ ਉਹਨਾਂ ਬੱਚਿਆਂ ਦਾ ਮੁੜ ਕੇ ਅਸੀਂ ਵੈਰੀਫਾਈ ਕੀਤਾ ਉਹ ਬੱਚੇ ਜਿਹੜੇ ਆ ਜੀ ਉਹ ਇਬਨ ਉਹਨਾਂ ਦੀ ਨਾਨੀ ਹੈਗੀ ਸੀ ਉਹਨਾਂ ਨੂੰ ਬੁਲਾਇਆ ਗਿਆ ਜੀ ਉਹਨਾਂ ਨੂੰ ਬੁਲਾ ਕੇ ਤੇ ਉੱਥੋਂ ਦੇ ਜਿਹੜਾ ਪਿੰਡ ਦਾ ਇਬਣਾ ਦਾ ਮੈਂਬਰ ਪੰਚਾਇਤ ਸੀ ਉਹਨਾਂ ਦੇ ਬਿਆਨ ਲੈ ਕੇ ਇਹਨਾਂ ਦੇ ਹੈਂਡ ਓਵਰ ਕੀਤੇ ਗਿਆ ਇਹਦੀ ਜਿਹੜੀ ਮਦਰ ਹੈਗੀ ਬੱਚਿਆਂ ਦੀ ਉਹ ਜੰਮੂ ਜਿਹੜੀ ਉਹ ਕੰਮ ਕਰਦੀ ਹੈ ਉਹ ਕੰਮ ਉੱਥੇ ਆਪਣੇ ਕਿਸੇ ਰੈਸਟੋਰੈਂਟ ਤੇ ਕੰਮ ਕਰਦੀ ਹੈ ਜੀ ਤੇ ਉਹ ਇਹਨੂੰ ਇੱਥੇ ਆਪਣੇ ਮਕਾਨ ਕਿਰਾਏ ਤੇ ਲੈ ਕੇ ਉੱਥੇ ਛੱਡ ਗਈ ਸੀਗੀ ਪਰ ਉਹਨਾਂ ਦਾ ਮੁੜ ਕੇ ਮੋਬਾਈਲ ਤੇ ਸਾਰਾ ਰਾਬਤਾ ਕਾਇਮ ਕਰਕੇ ਜਿਹੜੇ ਬੱਚੇ ਇਹਨਾਂ ਦੇ ਵਾਰਸਾਂ ਦੇ ਹਵਾਲੇ ਕਰ ਕੀਤੇ ਗਏ ਨੇ ਜੇਕਰ ਸੱਚ ਬੋਲਣਾ ਸੱਚ ਲਿਖਣਾ ਬਗਾਵਤ ਹੈ ਤਾਂ ਸਮਝੋ ਅਸੀਂ ਬਾਗੀ ਹਾਂ ਸੱਚ ਅਤੇ ਹੱਕ ਦੀ ਆਵਾਜ਼ ਦੁਨੀਆ ਦੇ ਹਰ ਕੋਨੇ ਕੋਨੇ ਦੀ ਗੱਲ ਪੰਜਾਬ ਟੀਵੀ ਕਰੇਗਾ ਸੱਚ ਦਾ ਖੁਲਾਸਾ ਤੁਸੀਂ ਦੇਖਦੇ ਰਹੋ ਪੰਜਾਬ ਟੀਵੀ ਸੱਚ ਅਤੇ ਹੱਕ ਦੀ ਆਵਾਜ਼